ਜ਼ਿੰਦਗੀ 'ਚ ਤੁਸੀਂ ਸਮੋਸੇ ਬਹੁਤ ਥਾਵਾਂ 'ਤੇ ਖਾਧੇ ਹੋਣਗੇ, ਪਰ ਇਸ ਬਾਈ ਦੇ ਜੋ ਸਮੋਸੇ ਨੇ ਉਸਦੀਆਂ ਪੂਰੇ ਚੰਡੀਗੜ੍ਹ ਦੇ ਵਿੱਚ ਚਰਚਾਵਾਂ ਨੇ, ਅਤੇ ਇਸ ਬਾਈ ਦੇ ਕੋਲ ਵਿਸ਼ੇਸ਼ ਤੌਰ 'ਤੇ ਸਪੈਸ਼ਲ ਤੌਰ 'ਤੇ ਤੁਹਾਨੂੰ ਸਮੋਸੇ ਦਿਖਾਉਣ ਦੇ ਲਈ ਅਤੇ ਬਾਈ ਨੂੰ ਮਿਲਾਉਣ ਦੇ ਲਈ ਆਏ ਹਾਂ। ਅਤੇ ਸ਼ੰਭੂ ਬਾਈ, ਤੁਸੀਂ ਇੱਕ ਤਾਂ ਪਹਿਲਾਂ ਇਹ ਦੱਸੋ ਕਿ ਕੀ ਖਾਸੀਅਤ ਹੈ, ਕਿਉਂਕਿ ਬਹੁਤ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਭੀੜ ਲੱਗੀ ਹੁੰਦੀ ਆ, ਅਜੇ ਕੀ ਚੀਜ਼ ਤੁਸੀਂ ਸਮੋਸਿਆਂ ਦੇ ਵਿੱਚ ਪਾਉਂਦੇ ਹੋ ਕਿ ਇੰਨੇ ਲੋਕਾਂ ਨੂੰ ਪਸੰਦ ਆ ਤੁਹਾਡੇ? ਸਾਰਾ ਮਟਰ ਪਨੀਰ ਸਾਰਾ ਕੁਛ ਤੁਸੀਂ ਪਾਤੇ ਹੈ, ਸਾਰਾ ਫਰੈਸ਼ ਮਾਲ ਹੁੰਦਾ ਹੈ, ਤਾਜ਼ਾ ਮਾਲ ਡੇਲੀ, ਮਤਲਬ ਅਗਰ ਟਾਈਮ ਸੇ ਬੰਦਾ 4 ਤੋਂ 7 ਕੇ ਬੀਚ ਮੇ ਆ ਗਿਆ ਠੀਕ ਹੈ ਸਰ, ਉਸਕੇ ਬਾਅਦ ਮਾਲ ਮਿਲ ਜਾਏਗਾ। ਓਕੇ, ਤੁਸੀਂ ਰੋਜ਼ 4 ਤੋਂ 7 ਵਜੇ ਤੱਕ? ਜੀ 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 ਭਾਈ, ਤੁਸੀਂ ਇਹ ਦੱਸ ਦਿਓ ਕਿਹੜੀ ਲੋਕੇਸ਼ਨ ਆ, ਤੁਸੀਂ ਕਿੱਥੇ ਖੜ੍ਹੇ ਹੁੰਦੇ ਹੋ ਚੰਡੀਗੜ੍ਹ ਦੇ ਵਿੱਚ? ਫੇਸ 1 ਚੰਡੀਗੜ੍ਹ, ਪਲਾਟ ਨੰਬਰ 847। ਓਕੇ, ਕਿੰਨੇ ਕੁ ਸਮੇਂ ਤੋਂ ਇਹ ਸਮੋਸਿਆਂ ਦਾ ਕੰਮ ਕਰ ਰਹੇ ਹੋ ਤੁਸੀਂ? ਸਰ ਮੇਰੇ ਕੋਲ 15 ਸਾਲ ਹੋ ਗਿਆ। ਓਕੇ, ਅਤੇ ਇਸ ਤੋਂ ਪਹਿਲਾਂ ਕੀ ਕਰਦੇ ਸੀ? ਸਰ ਇਹੀ ਕੰਮ ਤਾਂ ਆਪਣਾ ਹਲਵਾਈ ਗਏ, ਖਾਣੇ ਪੀਣੇ ਵਾਲਾ ਹਲਵਾਈ ਕਰਦੇ ਸੀ। ਸਰ ਠੀਕ ਹੈ, ਮਤਲਬ ਜੱਦੀ ਪੁਸ਼ਤੀ ਕੰਮ ਹੈ, ਪਹਿਲਾਂ ਵੀ ਸਲਵਾਰ ਹੈ ਜਿਹੜਾ ਹੋਰ ਕੰਮ ਹੈ? ਪਰਵਾਹ ਨਹੀਂ ਕਰਦਾ ਸਰ, ਮੈਂ ਕੁਝ ਇਸ ਲਾਈਨ ਨਹੀਂ ਹੈ। ਓਕੇ, ਪਹਿਲਾਂ ਤੁਸੀਂ? ਜੀ ਜੀ ਜੀ। ਜਿੰਨੇ ਵੀ ਲੋਕ ਨੇ ਜਿਹੜੇ ਦੇਖ ਰਹੇ ਨੇ, ਇੱਕ ਵਾਰ ਜ਼ਰੂਰ ਨੈਕਸਾ ਦਾ ਜਿਹੜਾ ਸਰਵਿਸ ਹੈ ਵਾਲਾ ਸ਼ੋਰੂਮ ਹੈ ਉਹਦੇ ਬਿਲਕੁਲ ਨਜ਼ਦੀਕ ਪਈਏ ਖੜ੍ਹਦੇ ਨੇ, ਤੁਸੀਂ ਜ਼ਰੂਰ ਪਕੌੜੇ ਅਤੇ ਸਮੋਸੇ ਨੇ ਜਿਹੜੇ ਉਹ ਖਾ ਕੇ ਜਾਣਗੇ, ਬਹੁਤ ਸਵਾਦ। ਅਸੀਂ ਹਮੇਸ਼ਾ ਲਗਾਤਾਰ ਤੀਜੇ ਦਿਨ ਖਾਂਦੇ ਹਾਂ, ਅਤੇ ਤੁਸੀਂ ਜ਼ਰੂਰ ਆਉਣਾ।